A South Asian Canadian channel. गुग्गा पीर के खिलाफ पंजाब प्रदेश कांग्रेस कमेटी के प्रधान नवजोत सिंह सिद्धू वालों कथित मंदी शब्दावली वरते जाण नूं लैके पंजाब दे कई हिस्सियां विच गुग्गा पीर दे भगतां वालों वड्डी तादाद विच रोस प्रदर्शन किते जा रहे ने। इसे नूं लैके अज हलका सनौर विखे स्थित नैनकलां ते अकौत गुग्गा माड़ी दे भगतां वालों नवजोत सिंह सिद्धू दे खिलाफ रोस प्रदर्शन किया गया। भगतां मुताबक नवजोत सिंह सिद्धू नूं बोलण दी समझ नहीं है, जिस कारण उस ने साडे पीर खिलाफ मंदी शब्दावली वरती, जिसका खामियाजा हुण उस नूं चोणां विच भुगतना पवेगा। भगतां ने कहा कि जेकर नवजोत सिद्धू ने 30 तारीख तक माफ़ी ना मंगी तां आउण वालियां चोणां विच कांग्रेस ते नवजोत सिंह सिद्धू दा बाइकाट किया जाएगा। ਇਹ ਅਸੀਂ ਜਿਹੜਾ ਪੁਤਲਾ ਫੁੱਕਿਆ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੁੱਕਿਆ ਜੀ ਇਹ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਬੁਲੰਦ ਕਰੀ ਹੈਗੀ ਆ, ਬਹੁਤ ਬਹੁਤ ਧੰਨਵਾਦ। ਇਹ ਪੁਤਲਾ ਅਸ ਨਵਜੋਤ ਸਿੰਘ ਸਿੱਧੂ ਦਾ ਫੁੱਕਿਆ, ਜੋ ਇਸਨੇ ਡੇਰਾ ਵਸੀ ਵਿੱਚ ਸਾਡੇ ਗੁੱਗਾ ਜਹਾਰ ਪੀਰ ਮਹਾਰਾਜ ਜੀ ਬਾਰੇ ਬਹੁਤ ਗਲਤ ਟਿੱਪਣੀ ਕਰੀ ਹੈਗੀ ਆ। ਉਹ ਗੁੱਗਾ ਜਹਾਰ ਪੀਰ ਜੀ ਨੂੰ ਇੱਕ ਆਮ ਆਦਮੀਆਂ ਦੇ ਨਾਲ ਤੋਲਣ ਦੀ ਇਹਨੇ ਕੋਸ਼ਿਸ਼ ਕਰੀ ਹੈਗਾ। ਇਹ ਨਵਜੋਤ ਸਿੰਘ ਸਿੱਧੂ ਨੂੰ ਪਤਾ ਨਹੀਂ ਲੱਗਦਾ ਇਹਨੂੰ ਆਪਣੇ ਨਸ਼ੇ ਦੇ ਵਿੱਚ ਵੀ ਕਿਆ ਬੋਲਣਾ ਕਿਆ ਨਹੀਂ ਬੋਲਣਾ ਹੈਗਾ। ਗੁੱਗਾ ਜਹਾਰ ਪੀਰ ਜੀ ਹੈ ਸਾਡੇ ਇਸ਼ਟ ਦੇਵ ਹੈ, ਵੀਰ ਪਾਤਸ਼ਾਹ ਸਾਡੇ ਇਸ਼ਟ ਦੇਵ ਆ। ਸਾਡੇ ਇਸ਼ਟ ਦੇਵ ਨੂੰ ਇਹਨੇ ਗਲਤ ਬੋਲ ਕੇ ਸਾਡੇ ਮਨਾਂ 'ਚ ਸਾਡੇ ਦਿਲਾਂ 'ਚ ਭਾਵਨਾ ਇਹਨੂੰ ਭੜਕਾਇਆ ਹੈਗਾ, ਅਸੀਂ ਸਹਿਣ ਨਹੀਂ ਕਰਾਂਗੇ ਹੈਗਾ। ਅਸੀਂ ਦੇਖੋ ਜੀ, ਪਹਿਲਾਂ DC ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਦੇ 25 ਤਰੀਕ ਤੱਕ, ਉਹਨਾਂ ਨੇ ਸਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਆਵਾਜ਼ ਨਹੀਂ ਅੱਗੇ ਸੁਣੀ ਜਾਂ ਕਰੀ ਹੈਗੀ। ਹੁਣ ਅੱਜ ਅਸੀਂ ਪੁਤਲਾ ਤਾਂ ਹੀ ਫੁੱਕਿਆ ਹੈਗਾ, ਉਹਨਾਂ ਨੇ ਉਹਨਾਂ ਦੇ ਨੁਮਾਇੰਦਿਆਂ ਨੇ ਆ ਕੇ ਸਾਤੋਂ 30 ਤਰੀਕ ਦਾ ਟਾਈਮ ਦਿਆ, 30 ਤਰੀਕ ਤੱਕ ਵੀ ਬਹਿ ਕੇ ਮਸਲਾ ਹੱਲ ਹੋ ਜਾਏਗਾ। ਨਵਜੋਤ ਸਿੰਘ ਸਿੱਧੂ ਮਾਫ਼ੀ ਮੰਗ ਲੈਂਗੇ ਜੇ 30 ਤੱਕ ਇਹ ਹੋ ਗਿਆ ਸਾਡਾ ਮਸਲਾ ਹੱਲ, ਠੀਕ ਆ। ਨਹੀਂ ਅਸੀਂ ਇਸ ਤੋਂ ਵੀ ਵੱਧ ਤੋਂ ਵੱਧ ਪੁਤਲੇ ਜੋ ਕੇਸ ਹੋਏਗਾ ਵੱਧ ਤੋਂ ਵੱਧ ਕਰਾਂਗੇ ਅਸੀਂ, ਵੱਧ ਤੋਂ ਵੱਧ। A South Asian Canadian channel.